ਕੇਵੀ ਆਨਲਾਈਨ ਦਾਖਲਾ ਜਮਾਤ 1 ਵਿੱਚ ਪੰਜੀਕਰਨ ਦੇ ਸਪੋਕਨ ਟਿਊਟੋਰੀਅਲ ਵਿੱਚ ਤੁਹਾਡਾ ਸਵਾਗਤ ਹੈ। ਪੋਰਟਲ ਦੀ ਵਰਤੋਂ ਕਰਕੇ ਆਨਲਾਈਨ ਅਰਜ਼ੀ ਪ੍ਰਕਿਰਿਆ ਵਿੱਚ 2 ਜ਼ਰੂਰੀ ਪੜਾਅ ਹਨ, ਪੋਰਟਲ 'ਤੇ ਪੰਜੀਕਰਨ ਕਰਨਾ ਅਤੇ ਬਿਨੈ ਪੱਤਰ ਭਰਨਾ ਅਤੇ ਜਮ੍ਹਾਂ ਕਰਨਾ। ਇਸ ਵੀਡੀਓ ਵਿੱਚ ਅਸੀਂ ਪੋਰਟਲ 'ਤੇ ਪੰਜੀਕਰਨ ਦੇ ਪਹਿਲੇ ਪੜਾਅ ਦੇ ਬਾਰੇ ਵਿੱਚ ਦੱਸਾਂਗੇ। ਇੱਥੇ ਮੈਂ ਕੇਵੀ ਆਨਲਾਈਨ ਐਡਮਿਸ਼ਨ ਪੋਰਟਲ ਵੈੱਬ ਪੇਜ ਖੋਲ੍ਹਿਆ ਹੈ। ਕਿਰਪਾ ਕਰਕੇ ਧਿਆਨ ਦਿਓ, ਇਹ ਪੋਰਟਲ ਵਿਸ਼ੇਸ਼ ਤੌਰ 'ਤੇ ਪੂਰੇ ਭਾਰਤ ਵਿੱਚ ਕੇਂਦਰੀ ਵਿਦਿਆਲਿਆਂ ਵਿੱਚ ਜਮਾਤ 1 ਵਿੱਚ ਦਾਖਲਾ ਲੈਣ ਲਈ ਅਰਜ਼ੀ ਦੇਣ ਲਈ ਹੈ। ਪੇਜ ਦੇ ਸਿਖਰ 'ਤੇ ਸਾਡੇ ਕੋਲ ਹੋਮ, ਹੈਲਪ ਡੈਸਕ, FAQs, ਰਜਿਸਟਰ, ਲੌਗਇਨ ਲਿੰਕਸ ਹਨ। ਫਿਰ ਸਾਡੇ ਕੋਲ ਇੰਸਟਰਕਸ਼ਨਸ, ਪਰਫਾਰਮਾ ਡਾਕੂਮੈਂਟਸ ਸੈਂਪਲਸ, ਪ੍ਰਿੰਟ ਐਪਲੀਕੇਸ਼ਨ, ਚੈੱਕ ਐਪਲੀਕੇਸ਼ਨ ਸਟੇਟਸ ਹਨ। ਸੱਜੇ ਪੈਨਲ 'ਤੇ ਸਾਡੇ ਕੋਲ ਇੰਪੋਰਟੈਂਟ ਲਿੰਕਸ ਸੈਕਸ਼ਨ ਹੈ। ਅਰਜ਼ੀ ਦੇਣ ਲਈ ਮੋਬਾਈਲ ਐਪ ਡਾਊਨਲੋਡ ਕਰਨ ਦਾ ਲਿੰਕ ਵੀ ਇੱਥੇ ਉਪਲਬਧ ਹੈ। ਜੇਕਰ ਤੁਸੀਂ ਪਹਿਲੀ ਵਾਰ ਇਸ ਪੋਰਟਲ ਦੀ ਵਰਤੋਂ ਕਰ ਰਹੇ ਹੋ ਤਾਂ ਪੰਜੀਕਰਨ ਪੇਜ 'ਤੇ ਜਾਣ ਦੇ 2 ਤਰੀਕੇ ਹਨ। ਤੁਸੀਂ ਪੇਜ ਦੇ ਹੇਠਲੇ ਭਾਗ 'ਤੇ ਸਥਿਤ ਨਿਊ ਰਜਿਸਟ੍ਰੇਸ਼ਨ ਬਟਨ 'ਤੇ ਕਲਿੱਕ ਕਰ ਸਕਦੇ ਹੋ ਜਾਂ ਪੇਜ ਦੇ ਉੱਪਰ ਸੱਜੇ ਕੋਨੇ ਵਿੱਚ ਰਜਿਸਟਰ ਲਿੰਕ 'ਤੇ ਕਲਿੱਕ ਕਰੋ। ਪੇਜ ਨੂੰ ਹੇਠਾਂ ਸਕਰੋਲ ਕਰੋ। ਪੇਜ ਦੇ ਹੇਠਾਂ ਨਿਊ ਰਜਿਸਟ੍ਰੇਸ਼ਨ ਬਟਨ 'ਤੇ ਕਲਿੱਕ ਕਰਦੇ ਹਾਂ। ਇੱਕ ਨਵਾਂ ਪੇਜ ਖੁੱਲ੍ਹਦਾ ਹੈ। ਬੈਕ ਟੂ ਇੰਸਟਰਕਸ਼ਨਸ ਪੇਜ ਬਟਨ 'ਤੇ ਕਲਿੱਕ ਕਰੋ। ਹਦਾਇਤਾਂ ਦੇ ਨਾਲ ਪੇਜ ਖੁੱਲ੍ਹਦਾ ਹੈ। ਹਦਾਇਤ ਹਿੰਦੀ ਵਿੱਚ ਵੀ ਉਪਲਬਧ ਹੈ। ਹਿੰਦੀ ਟੈਬ 'ਤੇ ਕਲਿੱਕ ਕਰੋ। ਇੰਗਲਿਸ਼ ਟੈਬ 'ਤੇ ਕਲਿੱਕ ਕਰਕੇ ਇੰਗਲਿਸ਼ ਪੇਜ ਦੇ ਹਦਾਇਤਾਂ 'ਤੇ ਵਾਪਸ ਜਾਓ। ਇਸ ਪੇਜ ਨੂੰ ਆਸਾਨੀ ਨਾਲ ਪੜ੍ਹਨ ਦੇ ਲਈ ਹਦਾਇਤਾਂ ਵੱਖ-ਵੱਖ ਭਾਗਾਂ ਵਿੱਚ ਦਿੱਤੀਆਂ ਗਈਆਂ ਹਨ। ਪੰਜੀਕਰਨ ਸ਼ੁਰੂ ਕਰਨ ਅਤੇ ਫਾਰਮ ਭਰਨ ਤੋਂ ਪਹਿਲਾਂ ਕਿਰਪਾ ਕਰਕੇ ਹੇਠ ਲਿਖਿਆਂ ਨੂੰ ਤਿਆਰ ਰੱਖੋ। ਕਿਰਪਾ ਕਰਕੇ ਪੰਜੀਕਰਨ ਲਈ ਅੱਗੇ ਵਧਣ ਤੋਂ ਪਹਿਲਾਂ ਸਾਰੇ ਸੈਕਸ਼ਨਸ 'ਤੇ ਜਾਓ। ਕਿਰਪਾ ਕਰਕੇ ਫਾਰਮ ਭਰਦੇ ਸਮੇਂ ਇਹਨਾਂ ਸੈਕਸ਼ਨਸ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਨੂੰ ਵੇਖੋ। ਸਾਰੀਆਂ ਹਦਾਇਤਾਂ ਨੂੰ ਪੜ੍ਹਨ ਦੇ ਬਾਅਦ ਪੇਜ ਨੂੰ ਹੇਠਾਂ ਸਕਰੋਲ ਕਰੋ। ਡੈਕਲਰੇਸ਼ਨ ਚੈੱਕ ਬਾਕਸ 'ਤੇ ਕਲਿੱਕ ਕਰੋ। ਪੰਜੀਕਰਨ ਪੇਜ 'ਤੇ ਆਉਣ ਲਈ ਪ੍ਰੋਸੀਡ ਬਟਨ 'ਤੇ ਕਲਿੱਕ ਕਰੋ। ਡਿਫਾਲਟ ਤੌਰ 'ਤੇ ਪੇਜ ਨਿਊ ਰਜਿਸਟ੍ਰੇਸ਼ਨ ਫਾਰਮ ਦੇ ਨਾਲ ਖੁੱਲ੍ਹਦਾ ਹੈ। ਸਾਰੇ ਬਿਨੈਕਾਰਾਂ ਦੇ ਲਈ ਆਨਲਾਈਨ ਪੰਜੀਕਰਨ ਕਰਨਾ ਲਾਜ਼ਮੀ ਹੈ। ਕਿਰਪਾ ਕਰਕੇ ਅਰਜ਼ੀ ਕੇਵਲ ਇੰਗਲਿਸ਼ ਵਿੱਚ ਭਰੋ। ਪ੍ਰਦਰਸ਼ਨ ਦੇ ਲਈ ਮੈਂ ਇੱਥੇ ਪੰਜੀਕਰਨ ਫਾਰਮ ਭਰਿਆ ਹੈ। ਕਿਰਪਾ ਕਰਕੇ ਲਾਲ ਰੰਗ ਦੇ ਸਟਾਰ ਵਾਲੇ ਸਾਰੇ ਲਾਜ਼ਮੀ ਫੀਲਡ ਭਰੋ। ਬੱਚੇ ਦਾ ਪਹਿਲਾ, ਵਿਚਕਾਰ ਅਤੇ ਆਖਰੀ ਨਾਮ ਜਨਮ ਪ੍ਰਮਾਣ ਪੱਤਰ ਜਾਂ ਹੋਰ ਮੰਨਣਯੋਗ ਦਸਤਾਵੇਜ਼ ਦੇ ਅਨੁਸਾਰ ਦਰਜ ਕਰੋ। ਇਸ ਦਾ ਚਾਈਲਡ ਡਿਫਰੈਂਟਲੀ ਏਬਲਡ ਲਈ ਜੇਕਰ ਲਾਗੂ ਹੋਵੇ ਤਾਂ ਯੈਸ ਦੀ ਚੋਣ ਕਰੋ, ਨਹੀਂ ਤਾਂ ਨੋ ਦੀ ਚੋਣ ਕਰੋ। ਜੇਕਰ ਤੁਸੀਂ ਯੈਸ ਦੀ ਚੋਣ ਕਰਦੇ ਹੋ ਤਾਂ ਕਿਰਪਾ ਕਰਕੇ ਰਜਿਸਟ੍ਰੇਸ਼ਨ ਸਾਈਨ ਅਪ ਫਸਟ ਟਾਈਮ ਯੂਜ਼ਰ ਦੇ ਅਧੀਨ ਹਦਾਇਤਾਂ ਦੀ ਪਾਲਣਾ ਕਰੋ। ਜਨਮ ਪ੍ਰਮਾਣ ਪੱਤਰ ਵਿੱਚ ਦਰਸਾਈ ਗਈ ਜਨਮ ਤਰੀਕ ਭਰੋ। ਕਿਰਪਾ ਕਰਕੇ ਹਦਾਇਤ ਪੇਜ ਵਿੱਚ ਦਿੱਤੀ ਗਈ ਉਮਰ ਸੀਮਾ ਦੇ ਬਾਰੇ ਵਿੱਚ ਹਦਾਇਤਾਂ ਨੂੰ ਪੜ੍ਹੋ। ਕਿਰਪਾ ਕਰਕੇ ਧਿਆਨ ਦਿਓ, ਇੱਥੇ ਦਰਜ ਕੀਤੀ ਗਈ ਜਾਣਕਾਰੀ ਸਬਮਿਟ ਕਰਨ ਦੇ ਬਾਅਦ ਸੋਧ ਕੇ ਨਹੀਂ ਕੀਤੀ ਜਾ ਸਕਦੀ। ਕੀ ਦਾਖਲਾ ਲੈਣ ਵਾਲਾ ਬੱਚਾ KVS ਕਰਮਚਾਰੀ ਦਾ ਬੱਚਾ ਜਾਂ ਪੋਤਾ ਹੈ? ਇਹ ਭਾਗ ਲਾਜ਼ਮੀ ਹੈ। ਸਾਈਨ ਅਪ ਦੇ ਬਾਅਦ ਇਸ ਜਾਣਕਾਰੀ ਨੂੰ ਸੋਧ ਕੇ ਨਹੀਂ ਕੀਤਾ ਜਾ ਸਕਦਾ ਹੈ। ਡ੍ਰੌਪ ਡਾਊਨ ਮੈਨਿਊ ਤੋਂ ਇੱਕ ਉਪਯੁਕਤ ਆਪਸ਼ਨ ਦੀ ਚੋਣ ਕਰੋ। ਸਹੀ ਈਮੇਲ ਦਰਜ ਕਰੋ। ਭਾਰਤੀ ਸਿਮ ਕਾਰਡ ਦੇ ਨਾਲ ਇੱਕ ਮਾਨਤਾ ਯੋਗ ਮੋਬਾਈਲ ਨੰਬਰ ਦਰਜ ਕਰੋ। ਕਿਰਪਾ ਕਰਕੇ ਆਪਣਾ ਖੁਦ ਦਾ ਮੋਬਾਈਲ ਨੰਬਰ ਦਿਓ। ਤੁਹਾਨੂੰ ਪੱਕੇ ਤੌਰ 'ਤੇ ਸਲਾਹ ਦਿੱਤੀ ਜਾਂਦੀ ਹੈ ਕਿ ਦੋਸਤਾਂ, ਰਿਸ਼ਤੇਦਾਰਾਂ ਅਤੇ ਸਾਈਬਰ ਕੈਫੇ ਮਾਲਕਾਂ ਜਿਵੇਂ ਦੂਸਰਿਆਂ ਦਾ ਮੋਬਾਈਲ ਨੰਬਰ ਪ੍ਰਦਾਨ ਨਾ ਕੀਤਾ ਜਾਵੇ। ਇਸ ਮੋਬਾਈਲ ਨੰਬਰ ਦੀ ਵਰਤੋਂ ਜਾਣਕਾਰੀ ਭੇਜਣ ਅਤੇ SMS ਦੁਆਰਾ OTP ਲਈ ਕੀਤਾ ਜਾਵੇਗਾ। ਉੱਪਰ ਦਿਖਾਏ ਗਏ ਕੈਪਚਾ ਕੋਡ ਨੂੰ ਟਾਈਪ ਕਰੋ। ਇਸ ਫੀਲਡ ਵਿੱਚ ਅੱਖਰ ਸੰਵੇਦਨਸ਼ੀਲ ਹੁੰਦੇ ਹਨ। ਕਿਰਪਾ ਕਰਕੇ ਦਰਜ ਕੀਤੀ ਗਈ ਜਾਣਕਾਰੀ ਦੀ ਜਾਂਚ ਕਰੋ। ਯਕੀਨੀ ਬਣਾਓ ਕਿ ਸਾਰੇ ਲਾਜ਼ਮੀ ਫੀਲਡ ਭਰੇ ਹੋਏ ਹਨ। ਕਿਰਪਾ ਕਰਕੇ ਧਿਆਨ ਦਿਓ, ਪੰਜੀਕਰਨ ਦੇ ਦੌਰਾਨ ਉਪਰੋਕਤ ਫੀਲਡ ਵਿੱਚ ਦਰਜ ਕੀਤੀ ਗਈ ਜਾਣਕਾਰੀ ਨੂੰ ਦਾਖਲਾ ਅਰਜ਼ੀ ਪੱਤਰ ਵਿੱਚ ਪਹਿਲਾਂ ਤੋਂ ਭਰਿਆ ਹੋਇਆ ਵਿਖਾਇਆ ਜਾਵੇਗਾ।
ਦਾਖਲਾ ਅਰਜ਼ੀ ਪੱਤਰ ਭਰਦੇ ਸਮੇਂ ਇਸ ਜਾਣਕਾਰੀ ਨੂੰ ਸੋਧ ਕੇ ਨਹੀਂ ਕੀਤਾ ਜਾ ਸਕਦਾ ਹੈ। ਇਸ ਲਈ ਮਾਤਾ ਪਿਤਾ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਹਨਾਂ ਸੂਚਨਾਵਾਂ ਨੂੰ ਸਾਵਧਾਨੀ ਪੂਰਵਕ ਦਰਜ ਕਰਨ। ਜੇਕਰ ਤੁਸੀਂ ਫਾਰਮ ਨੂੰ ਫਿਰ ਤੋਂ ਭਰਨਾ ਚਾਹੁੰਦੇ ਹੋ ਤਾਂ ਇੱਕ ਰੀਸੈਟ ਬਟਨ ਵੀ ਹੈ। ਕਿਰਪਾ ਕਰਕੇ ਯਕੀਨੀ ਬਣਾਓ ਕਿ ਤੁਹਾਡਾ ਪੰਜੀਕ੍ਰਿਤ ਮੋਬਾਈਲ ਨੰਬਰ ਸਹੀ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਉਸ ਵਿੱਚ SMS ਦੁਆਰਾ ਭੇਜਿਆ ਜਾਣ ਵਾਲਾ OTP ਪ੍ਰਾਪਤ ਹੋ ਸਕੇ। ਰਜਿਸਟਰ ਬਟਨ 'ਤੇ ਕਲਿੱਕ ਕਰੋ। OTP ਪੇਜ ਖੁੱਲ੍ਹਣ ਦੀ ਪੁਸ਼ਟੀ ਕਰੋ। ਤੁਹਾਨੂੰ ਇੱਕ OTP ਨੰਬਰ ਵਾਲਾ SMS ਮਿਲੇਗਾ। ਇਹ OTP ਕੇਵਲ 15 ਮਿੰਟ ਲਈ ਮਾਨਤਾ ਯੋਗ ਹੈ। ਇੱਕ ਵਾਰ ਜਦੋਂ ਤੁਹਾਡੇ ਕੋਲ OTP ਨੰਬਰ ਤਿਆਰ ਹੋ ਜਾਵੇਗਾ ਤਾਂ ਇਸ ਪੇਜ 'ਤੇ ਸਹੀ OTP ਨੰਬਰ ਦਰਜ ਕਰੋ। ਕੈਪਚਾ ਕੋਡ ਟਾਈਪ ਕਰੋ। ਰਜਿਸਟਰ ਬਟਨ 'ਤੇ ਕਲਿੱਕ ਕਰਕੇ 1 ਮਿੰਟ ਬਾਅਦ ਰੀਸੈਂਡ OTP ਬਟਨ ਚਾਲੂ ਹੋ ਜਾਵੇਗਾ। ਜੇਕਰ ਤੁਹਾਨੂੰ ਰਜਿਸਟਰ ਬਟਨ 'ਤੇ ਕਲਿੱਕ ਕਰਨ ਦੇ 5 ਮਿੰਟ ਦੇ ਅੰਦਰ ਆਪਣੇ ਮੋਬਾਈਲ 'ਤੇ SMS ਦੁਆਰਾ OTP ਪ੍ਰਾਪਤ ਨਹੀਂ ਹੁੰਦਾ ਹੈ ਤਾਂ ਰੀਸੈਂਡ OTP ਬਟਨ 'ਤੇ ਕਲਿੱਕ ਕਰੋ। ਰੀਸੈਂਡ OTP ਬਟਨ ਨੂੰ 1 ਵਾਰ ਵਿੱਚ ਕਲਿੱਕ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਕਲਿੱਕ ਕਰਨ ਦੇ ਬਾਅਦ ਇਹ ਗਾਇਬ ਹੋ ਜਾਵੇਗਾ। ਵੈਰੀਫਾਈ ਬਟਨ 'ਤੇ ਕਲਿੱਕ ਕਰੋ। ਯੂਨੀਕ ਲੌਗਇਨ ਕੋਡ ਦੇ ਨਾਲ ਸਵੀਕਾਰ ਕੂਪਨ ਦਿਖਾਈ ਦੇਵੇਗਾ। ਕਿਰਪਾ ਕਰਕੇ ਲੌਗਇਨ ਕੋਡ ਨੂੰ ਸਾਵਧਾਨੀਪੂਰਵਕ ਸੇਵ ਕਰੋ ਅਤੇ ਇਸ ਨੂੰ ਦੂਸਰਿਆਂ ਦੇ ਨਾਲ ਸਾਂਝਾ ਨਾ ਕਰੋ। ਇਸ ਲੌਗਇਨ ਕੋਡ ਦੀ ਲੋੜ ਦਾਖਲਾ ਅਰਜ਼ੀ ਪੋਰਟਲ ਵਿੱਚ ਦਾਖਲਾ ਲੈਣ ਅਤੇ ਆਪਣਾ ਦਾਖਲਾ ਬਿਨੈ ਪੱਤਰ ਜਮ੍ਹਾਂ ਕਰਾਉਣ ਦੇ ਲਈ ਹੈ। ਲੌਗਇਨ ਕੋਡ ਵੀ ਪੰਜੀਕ੍ਰਿਤ ਈਮੇਲ ਪਤੇ ਅਤੇ SMS ਦੁਆਰਾ ਪੰਜੀਕ੍ਰਿਤ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। ਤੁਹਾਨੂੰ ਲੌਗਇਨ ਕੋਡ ਵਾਲੇ ਮੰਨਣਯੋਗ ਪੇਜ ਨੂੰ ਸੇਵ ਕਰਨ ਅਤੇ ਪ੍ਰਿੰਟ ਕਰਨ ਦੀ ਪੱਕੇ ਤੌਰ 'ਤੇ ਸਲਾਹ ਦਿੱਤੀ ਜਾਂਦੀ ਹੈ। ਇਸ ਪੇਜ 'ਤੇ ਲੌਗਇਨ ਕੋਡ, ਜਨਮ ਮਿਤੀ ਅਤੇ ਮੋਬਾਈਲ ਨੰਬਰ ਦਿਖਾਏ ਬਿਨਾਂ ਅਰਜ਼ੀ ਫਾਰਮ ਨੂੰ ਲੌਗਇਨ ਕਰਨਾ ਅਤੇ ਜਮ੍ਹਾਂ ਕਰਨਾ ਸੰਭਵ ਨਹੀਂ ਹੈ। ਇਸ ਪੇਜ ਨੂੰ ਸੇਵ ਅਤੇ ਪ੍ਰਿੰਟ ਕਰਨ ਦੇ ਲਈ ਪੇਜ ਦੇ ਹੇਠਲੇ ਭਾਗ 'ਤੇ ਪ੍ਰਿੰਟ ਬਟਨ 'ਤੇ ਕਲਿੱਕ ਕਰੋ। ਪ੍ਰਿੰਟ ਡਾਇਲੌਗ ਬਾਕਸ ਖੁੱਲ੍ਹਦਾ ਹੈ। ਇਸ ਪੇਜ ਨੂੰ ਸੇਵ ਕਰਨ ਲਈ ਪ੍ਰਿੰਟ ਟੂ ਫਾਈਲ ਆਪਸ਼ਨ 'ਤੇ ਕਲਿੱਕ ਕਰੋ। ਫਾਈਲ ਬਟਨ 'ਤੇ ਕਲਿੱਕ ਕਰੋ। ਡਾਇਲੌਗ ਬਾਕਸ ਵਿੱਚ ਨੇਮ ਫੀਲਡ ਵਿੱਚ ਆਪਣੇ ਪਸੰਦ ਦੀ ਫਾਈਲ ਦਾ ਨਾਮ ਟਾਈਪ ਕਰੋ। ਆਪਣੇ ਸਿਸਟਮ 'ਤੇ ਸੁਵਿਧਾਜਨਕ ਸਥਾਨ 'ਤੇ ਸੇਵ ਕਰੋ। ਪੇਜ ਨੂੰ ਸੇਵ ਕਰਨ ਲਈ ਸਿਲੈਕਟ ਬਟਨ 'ਤੇ ਕਲਿੱਕ ਕਰੋ। ਪੇਜ ਨੂੰ ਪ੍ਰਿੰਟ ਕਰਨ ਲਈ ਹੇਠਾਂ ਸੱਜੇ ਕੋਨੇ ਵਿੱਚ ਪ੍ਰਿੰਟ ਬਟਨ 'ਤੇ ਕਲਿੱਕ ਕਰੋ। ਅਸੀਂ ਹੁਣ ਪੰਜੀਕਰਨ ਦਾ ਪਹਿਲਾ ਪੜਾਅ ਪੂਰਾ ਕਰ ਲਿਆ ਹੈ। ਹੁਣ ਸਾਨੂੰ ਬਿਨੈ ਪੱਤਰ ਭਰਨ ਅਤੇ ਜਮ੍ਹਾਂ ਕਰਨ ਦੀ ਪ੍ਰਕਿਰਿਆ ਦੇ ਦੂਜੇ ਪੜਾਅ 'ਤੇ ਅੱਗੇ ਵਧਣਾ ਹੋਵੇਗਾ। ਦਾਖਲਾ ਬਿਨੈ ਪੱਤਰ ਕਿਵੇਂ ਭਰੀਏ ਅਤੇ ਜਮ੍ਹਾਂ ਕਰੀਏ ਪ੍ਰਦਰਸ਼ਨ ਦੇ ਲਈ ਕਿਰਪਾ ਕਰਕੇ ਬਿਨੈ ਪੱਤਰ ਭਰਨ 'ਤੇ ਇਸ ਵੀਡੀਓ ਨੂੰ ਦੇਖੋ। ਇਹ ਵੀਡੀਓ ਸਪੋਕਨ ਟਿਊਟੋਰੀਅਲ ਪ੍ਰੋਜੈਕਟ IIT ਬੰਬੇ ਤੋਂ ਨਵਦੀਪ ਦੁਆਰਾ ਬਣਾਇਆ ਗਿਆ ਹੈ। ਸਪੋਕਨ ਟਿਊਟੋਰੀਅਲ ਪ੍ਰੋਜੈਕਟ ਨੂੰ MHRD ਭਾਰਤ ਸਰਕਾਰ ਦੇ ਦੁਆਰਾ ਫੰਡ ਕੀਤਾ ਜਾਂਦਾ ਹੈ। ਧੰਨਵਾਦ।